बिस्मिल्लाहिर्रहमानिर्रहीम, अस्सलामुअलैकुम जी मेरे प्यारे प्यारे भाई, उम्मीद करते हैं तुसी खैरियत नाल होगे। ते तुसी देख लो मेरा यूट्यूब चैनल आमिना शहजादी। ते जेहड़े मेरे प्यारे ने भाई मेरे चैनल ते न्यू ने, अगर मेरे चैनल नु सब्सक्राइब नहीं किया चैनल नु सब्सक्राइब कर दो और बैल आइकन बटन दबा दो ताकि हर नई वीडियो आसानी नाल मेरे प्यारे भाई तक पहुँच सके। हाँ जी गाइस, सब तो पहले ਤੁਹਾਡੇ ਕੋਲ ਚਾਹਨੇ ਆ ਮਾਜ਼ਰਤ, ਜਿਹੜਾ 3-4 ਦਿਨ ਆਪਾਂ ਵਲੌਗ ਨਹੀਂ ਬਣਾ ਪਾਏ। ਠੀਕ ਹੋ ਗਿਆ, ਉਹ ਵਲੌਗ ਕਿਉਂ ਨਹੀਂ ਬਣਾ ਪਾਏ, ਕਿਹੜੀ ਵਜ੍ਹਾ ਸੀ ਉਹ ਵੀ ਤੁਹਾਨੂੰ ਦੱਸਦੇ ਹਾਂ। ਤੇ ਹਾਂ ਜੀ ਗਾਇਜ, ਆਪਣੇ ਨਾਨਾ ਅੱਬੂ ਦੀ ਹੋ ਗਈ ਆ ਡੈਥ, ਜਿਹੜੇ ਆਪਾਂ ਪਹਿਲੇ ਤੁਹਾਡੇ ਕੋਲ ਮੈਂ ਕਹਿੰਦੀ ਸੀ ਤੁਸੀਂ ਦੁਆਇਆ ਕਿਆ ਕਰੋ, ਲਾਮੇ ਮੇਰੇ ਨਾਨਾ ਜਾਂ ਤੰਦਰੁਸਤੀ ਦੇ। ਦੇਖੋ ਅੱਜ ਸਾਨੂੰ ਛੱਡ ਕੇ ਚਲੇ ਗਏ, ਸਾਡਾ ਸਹਾਰਾ ਸਿਰਫ ਮੇਰੇ ਨਾਨਾ ਅੱਬੂ ਸੀਗੇ। ਠੀਕ ਹੋ ਗਿਆ, ਜਿੰਨਾ ਵੀ ਇੱਕ ਤੋਂ ਦਾ ਮਾਂ ਬਾਪ ਵੀ ਸਾਰਾ ਹੁੰਦੇ ਆ, ਪਰ ਸਾਡਾ ਸਭ ਤੋਂ ਵੱਡਾ ਸਹਾਰਾ ਸਿਰਫ ਸਾਡੇ ਨਾਨਾ ਅੱਬੂ ਸੀਗੇ। ਬੜੀ ਉਹਨਾਂ ਦੀ ਹੁਣ ਯਾਦ ਆਉਂਦੀ ਆ। ਅਤੇ ਹੁਣ ਤੁਸੀਂ ਬਸ ਇਹੋ ਹੀ ਦੁਆ ਕਰਨੀ ਆ, ਰਿਕੁਐਸਟ ਆ ਤੁਹਾਡੇ ਅੱਗੇ ਮੇਰੀ ਕਿ ਤੁਸੀਂ ਦੁਆ ਕਰੋ ਅੱਲਾ ਮਿਆਂ ਨੂੰ ਜੰਨਤ ਫਿਰਦੌਸ 'ਚ ਨਾਨਾ ਅੱਬੂ ਨੂੰ ਅੱਲਾ ਮੁਕਾਮ ਦੇਣ, ਅਤੇ ਅੱਲਾ ਮਿਆਂ ਉਹਨਾਂ ਦੇ ਗੁਨਾਹ ਮਾਫ਼ ਕਰਨ। ਬਹੁਤ ਅੱਛੇ ਇਨਸਾਨ ਸੀਗੇ, ਜਿਹੜਾ ਪੁੱਛਦਾ ਵਾ ਉਹ ਹੀ ਕਹਿੰਦਾ ਵਾ ਕਿ ਜਿਹੜੀ ਚੀਜ਼ ਮੰਗਣ ਗਏ ਸੀ ਅਸੀਂ ਕਦੀ ਖਾਲੀ ਹੱਥ ਨਹੀਂ ਮੁੜੇ ਸੀਗੇ ਨਾਨਾ ਅੱਬੂ ਕੋਲੋਂ। ਅਤੇ ਅਸੀਂ ਵੀ ਗਾਇਸ ਬਹੁਤ ਯਾਦ ਕਰਦੇ ਹਾਂ ਉਹਨਾਂ ਨੂੰ, ਬਹੁਤ ਰੌਣਾ ਆਉਂਦਾ ਵਾ ਸੋਚ ਕੇ, ਕਿਉਂਕਿ ਉਹਨਾਂ ਦੀਆਂ ਯਾਦਾਂ ਹੀ ਇੰਨੀਆਂ ਮਿੱਠੀਆਂ ਸੀ, ਇੰਨਾ ਉਹਨਾਂ ਦਾ ਪਿਆਰ ਸੀਗਾ ਸਾਡੇ ਨਾਲ। ਠੀਕ ਹੋ ਗਿਆ, ਅਸੀਂ ਰੋਜ਼ਾਨਾ ਉਹਨਾਂ ਨੂੰ ਦਵਾਉਂਦੇ ਹੁੰਦੇ ਸੀਗੇ। ਅਤੇ ਹੁਣ ਜਿੱਦਾਂ ਟਾਈਮ ਆਇਆ, ਅਸੀਂ ਜਿੱਦਾਂ ਜਾਂਦੇ ਹਾਂ ਦਿਲ ਹੀ ਨਹੀਂ ਕਰਦਾ ਕਿ ਉੱਧਰ ਜਾਈਏ, ਅਤੇ ਨਾਨੀ ਅੰਮੀ ਉੱਧਰ ਜਾਈਦਾ। ਉੱਥੇ ਹੁਣ ਤੁਸੀਂ ਦੁਆ ਕਰੋ ਅੱਲਾ ਮੇਰੀ ਨਾਨੀ ਅੱਬੇ ਅੰਮੀ ਦੇ ਵਿੱਚ ਬਹਿੰਦੇ ਠੀਕ, ਅਤੇ ਅੱਲਾ ਮੈਂ ਉਹਨਾਂ ਨੂੰ ਤੰਦਰੁਸਤੀ ਦੇਣ, ਅਤੇ ਮੇਰੇ ਨਾਨਾ ਅੱਬ ਨੂੰ ਜੰਨਤ ਫਿਰਦੌਸ 'ਚ ਅੱਲਾ ਮੁਕਾਮ ਦੇਣ। ਠੀਕ ਹੋ ਗਿਆ ਗੱਲ, ਆਖੋ ਰਿਕੁਐਸਟ ਆ ਤੁਹਾਡੇ ਅੱਗੇ, ਅਤੇ ਪਲੀਜ਼ ਹੁਣ ਤੁਸੀਂ ਜਿੰਨਾ ਮੈਨੂੰ ਹੋ ਸਕੇ ਸਪੋਰਟ ਕਰੋ। ਤੁਹਾਨੂੰ ਮੈਂ ਨਿਮਰਾ ਬਾਰੇ ਦੱਸਿਆ ਸੀ, ਉਹਨਾਂ ਦੀ ਮੰਮਾ ਦੀ ਡੈਥ ਹੋ ਗਈ ਹੈ, ਅਤੇ ਉਹਨਾਂ ਵਾਸਤੇ ਦੁਆ ਕਰੋ ਇਕੱਲਾ ਮੈਂ ਉਹਨਾਂ ਨੂੰ ਜਨਮ ਸੋਚ ਅੱਲਾ ਮੁਕਾਮ ਦੇਣ, ਕਿਉਂਕਿ ਉਹਨਾਂ ਬੱਚਿਆਂ ਦਾ ਵੀ ਕੋਈ ਸਹਾਰਾ ਨਹੀਂ ਸੀਗਾ। ਮੇਰੇ ਨਾਨਾ ਅੱਬੂ ਨੇ ਕਿਹਾ ਸੀਗਾ ਮੇਰੀ ਖਾਲਾ ਵਾ ਉਹਨਾਂ ਕੋਲ ਔਲਾਦ ਹੈ ਬਸ ਬੇਟੀ ਨਹੀਂ ਹੈ, ਅਤੇ ਨਾਨਾ ਅੱਬੂ ਨੇ ਉਹਨੂੰ ਉਹਦੇ ਹਵਾਲੇ ਕਰਤਾ ਸੀਗਾ ਕਿ ਤੁਸੀਂ ਉਹਨੂੰ ਪਾਲੋ ਪੋਸੋ ਜੋ ਹੋ ਸਕੇ ਕਰੋ ਉਹਦੀ ਸਪੋਰਟ। ਠੀਕ ਹੋ ਗਿਆ, ਹੁਣ ਤੁਸੀਂ ਮੈਨੂੰ ਸਪੋਰਟ ਕਰੋ ਤਾਂ ਕਿ ਮੈਂ ਵੀ ਉਹ ਬੱਚੇ ਨੂੰ ਕਾਮਯਾਬ ਕਰ ਸਕਾਂ। ਠੀਕ ਹੋ ਗਿਆ, ਉਹਦੀ ਥੋੜ੍ਹੀ ਜਿਹੀ ਹੈਲਪ ਕਰ ਸਕਾਂ। ਵੀ ਮੇਰੇ ਨਾਨਾ ਅੱਬੂ ਨੇ ਇੰਨੇ ਸਾਨੂੰ ਖੁਆਬ ਦਿਖਾਏ ਸੀਗੇ, ਅਸੀਂ ਜਿਹੜੀ ਚੀਜ਼ ਕਹਿੰਦੇ ਸੀਗੇ ਸਾਰੀ ਪੂਰੀ ਕਰਦੇ ਸੀਗੇ, ਅਸੀਂ ਕੋਈ ਚੀਜ਼ ਨਹੀਂ ਜਾਂ ਅਸੀਂ ਕੋਈ ਗੱਲ ਨਹੀਂ ਜਿਹੜੀ ਅਸੀਂ ਮੂੰਹ 'ਚ ਕੱਢੀਏ ਤਾਂ ਪੂਰੀ ਨਾ ਹੋਏ। ਠੀਕ ਹੋ ਗਿਆ ਗੱਲ, ਹਲੇ ਅਸੀਂ ਅੱਧੀ ਜ਼ੁਬਾਨ ਨਾਲ ਕਹਿਣਾ ਹੀ ਹੁੰਦਾ ਸੀ ਤਾਂ ਫੌਰਨ ਸਾਡੀ ਗੱਲ ਪੂਰੀ ਹੋ ਜਾਂਦੀ ਸੀ। ਹਾਂਜੀ ਗਾਇਜ਼, ਮੇਰੇ ਪਿਆਰੇ ਭਾਈ ਜਿਹੜੇ ਕਮੈਂਟ ਕਰਦੇ, ਇੱਕ ਕਮੈਂਟ ਆਇਆ ਸੀ ਕਿ ਸ਼ਾਦੀਓ ਤੁਸੀਂ ਆਪਣੇ ਨਾਨਾ ਅੱਬੂ ਦੀ ਬਹੁਤ ਤਾਰੀਫ ਕਰਦੇ ਹੋ, ਵੀ ਗੱਲਾਂ ਵਗੈਰਾ ਸਿਰਫ ਉਹਨਾਂ ਦੀਆਂ ਕਰਦੇ ਹੋ, ਜਿੱਦਾਂ ਹੀ ਵੀਡੀਓ ਬਣਾਓ ਜੇ ਟੋਪਿਕ 'ਤੇ ਬਣਾਓ ਉਹਨਾਂ ਦੀ ਗੱਲ ਵਿੱਚ ਜ਼ਰੂਰ ਕਰਦੇ ਹੋ। ਗਾਇਜ਼ ਸਾਨੂੰ ਕੀ ਦੱਸੀਏ ਕਿ ਉਹਨਾਂ ਨੇ ਸਾਡੇ ਕੋਲ ਦਿੱਤਾ ਹੀ ਇੰਨਾ ਕੁਛ ਆ ਕਿ ਅਸੀਂ ਜਿੰਨੀ ਤਾਰੀਫ ਕਰੀਏ ਓਨੀ ਥੋੜ੍ਹੀ ਆ। ਇੱਕ ਸਾਨੂੰ ਇੱਕ ਆਪਣੇ ਨਾਨਾ ਅੱਬੂ ਦਾ ਅਤੇ ਇਕੱਲਾ ਦਾ ਸਹਾਰਾ ਵਾ, ਹੋਰ ਸਾਨੂੰ ਕਿਸੇ ਚੀਜ਼ ਦਾ ਸਹਾਰਾ ਨਹੀਂ ਵਾ। ਆ ਸਾਡੇ ਕੋਲ ਜੋ ਵੀ ਆ ਜ਼ਮੀਨ ਵਗੈਰਾ ਜਾਂ ਘਰ ਵਗੈਰਾ ਇੰਨੇ ਪਿਆਰੇ ਸ਼ਿਆਰੇ, ਇਹ ਸਿਰਫ ਮੇਰੇ ਨਾਨਾ ਅੱਬੂ ਨੇ ਸਾਨੂੰ ਇੱਕ ਪੰਜ ਮੰਮਾਂ ਨਾਲ ਬਹਿਣਾ ਵਾ, ਉਹਨਾਂ ਖੁਦ ਉਹਨਾਂ ਦੀ ਸ਼ਾਦੀ ਵਗੈਰਾ ਕਰਵਾ ਕੇ ਉਹਨਾਂ ਨੂੰ ਘਰ ਬਣਵਾ ਕੇ ਪੰਜਾਂ ਭੈਣਾਂ ਨੂੰ ਜ਼ਮੀਨ ਦਿੱਤੀ ਆ। ਠੀਕ ਹੋ ਗਿਆ ਗਾਇਜ਼, ਅਤੇ ਇਸੇ ਲਈ ਉਹਨਾਂ ਦੀ ਮੈਂ ਇੰਨੀ ਤਾਰੀਫ ਕਰਨੀ ਕਿਉਂਕਿ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਬਹੁਤ ਜ਼ਿਆਦਾ ਵਾ। ਤੁਹਾਡੇ ਅੱਗੇ ਵੀ ਆਖਰ ਰਿਕੁਐਸਟ ਆ ਕਿ ਤੁਸੀਂ ਜੰਨਤ ਫਿਰਦੌਸ 'ਚ ਉਹਨਾਂ ਨਾਲ ਦੁਆ ਕਰੋ ਕਿ ਅੱਲਾ ਮੈਂ ਉਹਨਾਂ ਜੰਨਤ ਫਿਰਦੌਸ 'ਚ ਅੱਲਾ ਮੁਕਾਮ ਦੇਣ, ਅਤੇ ਮਰਦੇ ਦਮ ਤੱਕ ਆਖੋ ਦੁਆ ਵਾ ਕਿ ਅੱਲਾ ਮੈਂ ਉਹਨਾਂ ਜੰਨਤ ਫਿਰਦੌਸ 'ਚ ਅੱਲਾ ਮੁਕਾਮ ਦੇਣ। ਅੱਛਾ ਗਾਇਸ, ਗੱਲਾਂ ਵਗੈਰਾ ਤੁਹਾਡੇ ਨਾਲ ਮੈਂ ਜਿੰਨੀਆਂ ਸ਼ੇਅਰ ਕਰਨੀਆਂ ਸੀਗੀਆਂ ਕਰ ਲਈਆਂ ਵਾਂ, ਅਤੇ ਤੁਸੀਂ ਹੁਣ ਕਮੈਂਟ 'ਚ ਅੱਛੇ ਅੱਛੇ ਮੈਨੂੰ ਕਮੈਂਟ ਕਰਿਓ, ਅਤੇ ਹੁਣ ਸਪੋਰਟ ਜਿੰਨਾ ਹੋ ਸਕੇ ਪਲੀਜ਼ ਪਲੀਜ਼ ਮੈਨੂੰ ਸਪੋਰਟ ਕਰੋ। ਅਤੇ ਹੁਣ ਕਰਦੇ ਹਾਂ ਵੀਡੀਓ ਦਾ ਐਂਡ, ਅਗਰ ਮੇਰੇ ਪਿਆਰੇ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੇ ਲਾਈਕ ਕਰੋ ਸਬਸਕ੍ਰਾਈਬ ਕਰੋ। ਹਾਂਜੀ ਗਾਇਸ, ਤੁਹਾਨੂੰ ਆਖਰ 'ਤੇ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਵਾਲਦਿਆਂ ਦੀ ਇੱਜ਼ਤ ਕੀਤੀ ਕਰੋ, ਕਿਉਂਕਿ ਕੋਈ ਪਤਾ ਨਹੀਂ ਐਸਾ ਕਿਹੜਾ ਮੋੜ ਆ ਜੇ ਜਿਹੜਾ ਆਪਾਂ ਛੱਡ ਕੇ ਚਲੇ ਜਾਣ। ਹੁਣ ਕਰਦੇ ਹਾਂ ਵੀਡੀਓ ਦਾ ਐਂਡ, ਅੱਲਾ ਹਾਫਿਜ਼।